ਦੋਸਤੋ, ਭਾਰਤ ਦੀ ਆਜ਼ਾਦੀ ਵੇਲੇ ਦੇ ਸਮਿਆਂ ਦਾ ਪੰਜਾਬ ਦਾ ਇੱਕ ਬਹੁਤ ਹੀ ਪ੍ਰਸਿੱਧ ਗਾਇਕ ਜਗਤ ਸਿੰਘ ਜੱਗਾ, ਜਗਤ ਸਿੰਘ ਜੱਗਾ ਜੋ ਕਿ ਡਾਕੇ ਮਾਰਦਾ ਮਾਰਦਾ ਗਾਇਕ ਬਣ ਗਿਆ ਅਤੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ। ਉਸਨੇ ਬਹੁਤ ਸਾਰੇ ਕਤਲ ਕੀਤੇ ਸਨ ਅਤੇ ਕਈ ਸਾਲ ਸਾਂਝੇ ਪੰਜਾਬ ਦੀ ਮੁਲਤਾਨ ਜੇਲ੍ਹ ਵਿੱਚ ਸਲਾਖਾਂ ਪਿੱਛੇ ਵੀ ਰਿਹਾ ਸੀ। ਗਾਇਕ ਜਗਤ ਸਿੰਘ ਜੱਗੇ ਦੀ ਗਾਇਕੀ ਦਾ ਲਹਿਜਾ ਉਸਦੀ ਆਪਣੀ ਅਤੇ ਇੱਕ ਬੜੀ ਵੱਖਰੀ ਕਿਸਮ ਦਾ ਸੀ। ਉਹ ਇੱਕ ਬਾਂਹ ਵਿੱਚ ਲੋਹੇ ਦੇ ਵੱਡੇ ਵੱਡੇ ਕੜੇ ਪਾ ਕੇ, ਉਸੇ ਹੱਥ ਵਿੱਚ ਇੱਕ ਡੰਡਾ ਫੜ ਕੇ, ਉਸੇ ਡੰਡੇ ਦੇ ਨਾਲ ਕੜਿਆਂ ਨੂੰ ਛਿੜਕਾ ਕੇ ਇੱਕ ਬੜਾ ਹੀ ਮਨਮੋਹਕ ਅਤੇ ਲੈਮਈ ਸੰਗੀਤ ਪੈਦਾ ਕਰਦਾ ਸੀ। ਜੱਗਾ ਪੰਜਾਬੀ ਮਰਦ ਅਤੇ ਘੈਂਟ ਪੰਜਾਬੀ ਮਰਦਾਨਗੀ ਦਾ ਇੱਕ ਸਾਕਸ਼ਾਤ ਰੂਪ ਸੀ। ਜਗਤ ਸਿੰਘ ਜੱਗਾ ਜਿੱਥੇ ਵੀ ਕੋਈ ਅਖਾੜਾ ਲਾਉਣ ਜਾਂਦਾ ਤਾਂ ਲੋਕ ਉਸਦੀ ਗਾਇਕੀ ਸੁਣਨ ਵਾਲੇ ਘੱਟ ਹੁੰਦੇ ਸਨ, ਬਲਕਿ ਉਸਦੇ ਦਰਸ਼ਨ ਕਰਨ ਵਾਲੇ ਵੱਧ ਹੁੰਦੇ ਸਨ। ਐਸਾ ਦਰਸ਼ਨੀ ਗੱਭਰੂ ਸੀ ਡਾਕੂ ਤੋਂ ਗਾਇਕ ਬਣਿਆ ਜਗਤ ਸਿੰਘ ਜੱਗਾ। ਜੱਗੇ ਨੇ ਸੈਂਕੜੇ ਗੀਤ ਰਿਕਾਰਡ ਕਰਵਾਏ, ਸੈਂਕੜੇ ਅਖਾੜੇ ਲਾਏ, ਫਿਲਮਾਂ ਦੇ ਵਿੱਚ ਕੰਮ ਕੀਤਾ, ਫਿਲਮਾਂ ਦੇ ਵਿੱਚ ਗੀਤ ਗਾਏ, ਗੁਜਰਾਤੀ ਫਿਲਮਾਂ ਵਿੱਚ ਗਾਇਆ ਅਤੇ ਅਦਾਕਾਰੀ ਵੀ ਕੀਤੀ। ਜੱਗਾ ਕਿਸਮਤ ਦਾ ਬੜਾ ਵੱਡਾ ਧਨੀ ਸੀ, ਜਿਸ ਨੂੰ ਪੁਲਿਸ ਵੱਲੋਂ ਸ਼ੂਟ ਦਾ ਆਰਡਰ ਹੋਇਆ ਸੀ, ਪਰ ਫਿਰ ਵੀ ਉਹ ਆਪਣੀ ਗਾਇਕੀ ਕਾਰਨ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ। ਆਓ ਜਾਣਦੇ ਹਾਂ ਪੰਜਾਬ ਦੇ ਇਸ ਅੜਬ ਵੈਲੀ ਗਾਇਕ ਦੀ ਜੀਵਨੀ ਬਾਰੇ, ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ ਕਿ ਰੱਬ ਬੰਦੇ ਨੂੰ ਕਿੱਥੋਂ ਤੋਂ ਕਿੱਥੋਂ ਪਹੁੰਚਾ ਦਿੰਦਾ ਹੈ। ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਆਪ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ, ਪੰਜਾਬ ਦੇ ਇਸ ਉੱਘੇ ਗਾਇਕ ਦਾ ਜਨਮ ਸਰਦਾਰ ਸੋਹਣ ਸਿੰਘ ਦੇ ਘਰ ਪਾਕਿਸਤਾਨ ਦੇ ਚੱਕ ਨੰਬਰ 11 ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਰਤੋਕੇ ਵਿੱਚ 1910 ਈਸਵੀ ਵਿੱਚ ਹੋਇਆ ਸੀ। ਜਗਤ ਸਿੰਘ ਜੱਗੇ ਦੀ ਜ਼ਿੰਦਗੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਪਰ ਫਿਰ ਵੀ ਆਪਣੇ ਕਰਮਾਂ ਦਾ ਬਹੁਤ ਵੱਡਾ ਧਨੀ ਨਿਕਲਿਆ ਅਤੇ ਆਪਣੀ ਸਾਰੀ ਜ਼ਿੰਦਗੀ ਹੀ ਬੜੇ ਅੜਬੈਣ ਅਤੇ ਸ਼ਾਨਦਾਰ ਤਰੀਕੇ ਦੇ ਨਾਲ ਗੁਜ਼ਾਰ ਕੇ ਗਿਆ। ਜੱਗੇ ਦੇ ਪਰਿਵਾਰ ਦੀ ਆਪਣੇ ਪਿੰਡ ਵਿੱਚ ਹੀ ਸ਼ਰੀਕਾਂ ਦੇ ਨਾਲ ਬਹੁਤ ਪੁਰਾਣੀ ਅਤੇ ਖਾਨਦਾਨੀ ਦੁਸ਼ਮਣੀ ਚੱਲਦੀ ਆ ਰਹੀ ਸੀ, ਜਿਸ ਕਰਕੇ ਉਸਦਾ ਪੂਰਾ ਪਰਿਵਾਰ ਹੀ ਡਾਕੂ ਬਣ ਜਾਂਦਾ ਹੈ। ਇਸੇ ਦੌਰਾਨ ਜੱਗੇ ਦਾ ਵੱਡਾ ਭਰਾ ਸ਼ਿਵ ਸਿੰਘ, ਜੋ ਕਿ ਇਲਾਕੇ ਦਾ ਮਸ਼ਹੂਰ ਡਾਕੂ ਸੀ, ਉਸ ਨੂੰ ਅੰਗਰੇਜ਼ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਉਸਦੇ ਭਰਾ ਛੋਟੇ ਭਰਾ, ਜਿਸ ਦਾ ਨਾਮ ਭਗਤ ਸਿੰਘ ਸੀ, ਉਸ ਨੂੰ ਦੋ ਕਤਲਾਂ ਦੇ ਕੇਸ ਵਿੱਚ ਫਾਂਸੀ 'ਤੇ ਲਟਕਾ ਦਿੱਤਾ ਗਿਆ। ਜੱਗੇ ਦੇ ਬਾਪ ਸੋਹਣ ਸਿੰਘ ਨੇ ਆਪਣਾ ਇੱਕ ਪੁੱਤਰ ਜਿਉਂਦਾ ਰੱਖਣ ਲਈ ਜੱਗੇ ਨੂੰ ਨਾਨਕੇ ਪਿੰਡ ਭੇਜ ਦਿੱਤਾ ਅਤੇ ਨਾਨਕੇ ਪਿੰਡ ਵਿੱਚ ਹੀ ਜੱਗੇ ਦਾ ਪਾਲਣ ਪੋਸ਼ਣ ਹੋਇਆ। ਫਿਰ ਜੱਗਾ ਜਦੋਂ ਜਵਾਨ ਹੋ ਕੇ ਆਪਣੇ ਘਰ ਵਿੱਚ ਆਇਆ ਤਾਂ ਉਹ ਵੀ ਪਰਿਵਾਰ ਦੀ ਚੱਲਦੀ ਖਾਨਦਾਨੀ ਦੁਸ਼ਮਣੀ ਦੇ ਬਦਲੇ ਲੈਣ ਲੱਗ ਗਿਆ। ਉਸਨੇ ਆਪਣੇ ਪਿੰਡ ਦੇ ਹੀ ਦੁਸ਼ਮਣ ਸ਼ਰੀਕਾਂ ਦੇ ਕਈ ਬੰਦੇ ਕਤਲ ਕਰ ਦਿੱਤੇ ਸਨ, ਜਿਸ ਦੇ ਕਾਰਨ ਸੰਨ 1940 ਤੋਂ ਲੈ ਕੇ 1946 ਤੱਕ ਜੱਗਾ ਮੁਲਤਾਨ ਜੇਲ੍ਹ ਵਿੱਚ ਰਿਹਾ। ਪਰ ਸੰਨ 1946 ਦੇ ਵਿੱਚ ਜੱਗੇ ਦੇ ਸਾਥੀਆਂ ਵੱਲੋਂ ਜੱਗੇ ਨੂੰ ਸ਼ੇਖੂਪੁਰੇ ਦੀਆਂ ਕਚਹਿਰੀਆਂ ਵਿੱਚੋਂ ਪੁਲਿਸ ਵਾਲਿਆਂ 'ਤੇ ਹਮਲਾ ਕਰਕੇ ਉਸ ਨੂੰ ਛੁਡਾ ਕੇ ਲੈ ਗਏ ਸਨ। ਜਿਸ ਵੇਲੇ ਸੰਨ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਜੱਗਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਦੋ ਕਾਫਲਿਆਂ ਦੀ ਅਗਵਾਈ ਕਰਕੇ ਉਹਨਾਂ ਨੂੰ ਸੁਰੱਖਿਅਤ ਅੰਮ੍ਰਿਤਸਰ ਸ਼ਹਿਰ ਲੈ ਕੇ ਆਇਆ ਸੀ। ਇੱਧਰ ਚੜ੍ਹਦੇ ਪੰਜਾਬ ਵਿੱਚ ਆ ਕੇ ਜੱਗੇ ਨੇ ਫਿਰ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। 30 ਜਨਵਰੀ 1948 ਵਾਲੇ ਦਿਨ ਜੱਗੇ ਨੇ ਜੰਡਿਆਲਾ ਗੁਰੂ ਦੇ ਇੱਕ ਸੁਨਿਆਰਿਆਂ ਦੇ ਘਰ ਵਿੱਚ ਡਾਕਾ ਮਾਰਿਆ, ਜਿੱਥੋਂ ਉਹ ਉਹਨਾਂ ਸਮਿਆਂ ਵਿੱਚ 1.5 ਲੱਖ ਦਾ ਮਾਲ ਲੁੱਟ ਕੇ ਲਗਿਆ ਸੀ। ਇਸੇ ਕੇਸ ਵਿੱਚ ਜੱਗਾ ਚੜ੍ਹਦੇ ਪੰਜਾਬ ਵਿੱਚ ਦੂਜੀ ਵਾਰ ਫੜਿਆ ਗਿਆ ਅਤੇ ਉਸਨੂੰ ਸਖ਼ਤ ਸਜ਼ਾ ਸੁਣਾ ਦਿੱਤੀ ਗਈ।
ਇਸ ਤੋਂ ਬਾਅਦ ਫਿਰ ਜੱਗੇ ਨੇ ਜੇਲ੍ਹ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹ ਗਾਉਣ ਕਰਕੇ ਪੂਰੀ ਜੇਲ੍ਹ ਵਿੱਚ ਮਸ਼ਹੂਰ ਹੋ ਗਿਆ। ਜੇਲ੍ਹ ਅਧਿਕਾਰੀ ਵੀ ਜੱਗੇ ਦੀ ਕਲਾਕਾਰੀ ਦੇ ਫੈਨ ਸਨ। ਇੱਕ ਸੂਝਵਾਨ ਜੇਲਰ ਨੇ ਇੱਕ ਦਿਨ ਇਹ ਗੱਲ ਆਪਣੇ ਉੱਚ ਅਧਿਕਾਰੀਆਂ ਕੋਲ ਵੀ ਪਹੁੰਚਾਈ, ਜਿਸ ਤੋਂ ਬਾਅਦ ਵੱਡੇ ਅਧਿਕਾਰੀਆਂ ਨੇ ਜੱਗੇ ਤੋਂ ਦੁਬਾਰਾ ਡਾਕੇ ਨਾ ਮਾਰਨ ਦਾ ਇਕਰਾਰ ਲੈ ਕੇ ਉਸ ਨੂੰ ਰਿਹਾਅ ਕਰ ਦਿੱਤਾ। ਇਸ ਘਟਨਾ ਨੇ ਜੱਗੇ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਸੀ। ਇਸੇ ਦੌਰਾਨ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਵੱਡੇ ਲੀਡਰ ਜਵਾਹਰ ਲਾਲ ਨਹਿਰੂ ਦੀ ਹਾਜ਼ਰੀ ਵਿੱਚ ਜਮਲਾ ਜੱਟ ਅਤੇ ਸੁਰਿੰਦਰ ਕੌਰ ਵਰਗੇ ਵੱਡੇ ਗਾਇਕ ਆਏ ਹੋਏ ਸਨ, ਤਾਂ ਉੱਥੇ ਜੱਗੇ ਨੂੰ ਗਾਉਣ ਦਾ ਸਮਾਂ ਮਿਲ ਗਿਆ, ਜਿੱਥੇ ਉਸਨੇ ਆਪਣਾ ਹੀ ਲਿਖਿਆ ਇੱਕ ਗੀਤ ਗਾਇਆ। ਉਸ ਗੀਤ ਦੇ ਬੋਲ ਸਨ ਕਿ ਕੁਝ ਲੀਡਰ ਭੁੱਖੇ ਚੌਧਰ ਦੇ ਬੰਦਿਆਂ ਨੂੰ ਖਾਣਾ ਚਾਹੁੰਦੇ ਨੇ, ਬਈ ਜਾਗਦੇ ਰਹਿਣਾ, ਇਹਨਾਂ ਨੇ ਰੂਪ ਵਟਾਏ ਨੇ, ਬੁੱਕਲਾਂ ਵਿੱਚ ਛੁਰੇ ਛੁਪਾਏ ਨੇ, ਜੱਗੇ ਨੇ ਛੱਡੇ ਕੰਮ ਜਿਹੜੇ ਹੁਣ ਇਹ ਅਪਣਾਉਣਾ ਚਾਹੁੰਦੇ ਨੇ, ਬਈ ਜਾਗਦੇ ਰਹਿਣਾ, ਕੁਝ ਲੀਡਰ ਭੁੱਖੇ ਚੌਧਰ ਦੇ ਬੰਦਿਆਂ ਨੂੰ ਖਾਣਾ ਚਾਹੁੰਦੇ ਨੇ, ਬਈ ਜਾਗਦੇ ਰਹਿਣਾ। ਜੇਲ੍ਹ ਤੋਂ ਰਿਹਾਅ ਹੁੰਦੇ ਹੀ ਜੱਗੇ ਨੇ ਲਾਲ ਚੰਦ ਜਮਲਾ ਜੱਟ ਨੂੰ ਆਪਣਾ ਉਸਤਾਦ ਬਣਾਇਆ ਅਤੇ ਸੰਗੀਤ ਦੀ ਤਲੀਮ ਹਾਸਲ ਕੀਤੀ। ਇਸ ਤੋਂ ਬਾਅਦ ਜੱਗੇ ਨੇ ਲੋਕ ਸੰਪਰਕ ਵਿਭਾਗ ਵਿੱਚ 60 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਨੌਕਰੀ ਵੀ ਕੀਤੀ। ਸੰਨ 1962, 1965 ਅਤੇ 1971 ਦੀਆਂ ਭਾਰਤ ਪਾਕ ਅਤੇ ਭਾਰਤ ਚੀਨ ਦੀਆਂ ਜੱਗਾਂ ਵਿੱਚ ਜੱਗਾ ਫੌਜੀਆਂ ਦਾ ਹੌਸਲਾ ਵਧਾਉਣ ਲਈ ਗਾਉਣ ਜਾਂਦਾ ਹੁੰਦਾ ਸੀ। ਉਸਨੇ ਆਪਣੇ ਜ਼ਿਆਦਾ ਗੀਤ ਰੇਡੀਓ ਅਤੇ ਟੀਵੀ ਉੱਤੇ ਹੀ ਗਾਏ। ਰਿਕਾਰਡਾਂ ਵਿੱਚ ਉਸਦੇ ਬਹੁਤ ਘੱਟ ਗਾਣੇ ਮਿਲਦੇ ਹਨ। ਮਸ਼ਹੂਰ ਗਾਇਕਾ ਨਰਿੰਦਰ ਬੀਬਾ ਨੇ ਜੱਗੇ ਦੇ ਨਾਲ 11 ਸਾਲ ਸਟੇਜਾਂ ਸਾਂਝੀਆਂ ਕੀਤੀਆਂ ਅਤੇ ਅਖਾੜੇ ਲਾਏ ਸਨ। ਇਹਨਾਂ ਦੋਹਾਂ ਦਾ ਗਾਇਆ ਮਿਰਜ਼ਾ ਅੱਜ ਵੀ ਦਿਲਾਂ ਦੀਆਂ ਤਰੰਗਾਂ ਨੂੰ ਹਲੂਣਾ ਦਿੰਦਾ ਹੈ। ਇਸ ਤੋਂ ਇਲਾਵਾ ਜੱਗੇ ਨੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਮਨਜੀਤ ਕੌਰ, ਜਗਮੋਹਨ ਕੌਰ ਅਤੇ ਬਲਜੀਤ ਬੱਲੀ ਦੇ ਨਾਲ ਵੀ ਗਾਇਆ। ਜੱਗਾ ਆਪਣੀ ਕੜਾਕੇਦਾਰੀ ਆਵਾਜ਼ ਵਿੱਚ ਬੋਲੀਆਂ ਪਾਉਣ ਲਈ ਪ੍ਰਸਿੱਧ ਸੀ। ਉਸਨੇ ਆਪਣੇ ਗੀਤ ਪੱਥਰ ਦੇ ਤਵਿਆਂ, ਫਲਿੱਪ ਕੰਪਨੀ ਅਤੇ HMT ਕੰਪਨੀ ਵਿੱਚ ਰਿਕਾਰਡ ਕਰਵਾਏ ਸਨ। ਲੇਖਕ HK ਮਹਿਤਾ ਵੱਲੋਂ ਜੱਗੇ ਦੀ ਜ਼ਿੰਦਗੀ 'ਤੇ ਗੁਜਰਾਤੀ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਗਈ ਸੀ, ਜਿਸ ਦੇ 3 ਭਾਗਾਂ ਦੇ 1750 ਪੰਨੇ ਸਨ। ਇਸ ਕਿਤਾਬ ਨੇ ਜੱਗੇ ਨੂੰ ਗੁਜਰਾਤ ਵਿੱਚ ਵੀ ਬਹੁਤ ਮਸ਼ਹੂਰ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੁਜਰਾਤ ਦੀਆਂ ਫਿਲਮਾਂ ਵਿੱਚ ਵੀ ਅਦਾਕਾਰੀ ਕਰਨ ਦਾ ਮੌਕਾ ਮਿਲਿਆ, ਜੋ ਸੁਪਰ ਹਿੱਟ ਰਹੀਆਂ ਸਨ। ਜੱਗੇ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਵੀ ਆਪਣੇ ਗੀਤ ਗਾਏ। ਸੰਨ 1996 ਵਿੱਚ ਜਗਤ ਸਿੰਘ ਜੱਗੇ ਦਾ ਪ੍ਰੋਫੈਸਰ ਮੋਹਨ ਸਿੰਘ ਮੇਲੇ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ। ਕਹਿੰਦੇ ਹਨ ਕਿ ਇੱਕ ਵਾਰ ਜੱਗੇ ਨੇ ਨਰਿੰਦਰ ਬੀਬਾ ਦੇ ਨਾਲ ਦਿੱਲੀ ਜਾਣਾ ਸੀ। ਦਿੱਲੀ ਵਿੱਚ ਉਸਦੇ ਥਾਂ ਥਾਂ ਪੋਸਟਰ ਲਾਏ ਗਏ ਸਨ, ਪਰ ਜੱਗਾ ਦਿੱਲੀ ਕਿਸੇ ਗੱਡੀ 'ਤੇ ਨਹੀਂ ਗਿਆ, ਬਲਕਿ ਘੋੜੀ 'ਤੇ ਚੜ੍ਹ ਕੇ ਗਿਆ ਸੀ। ਉਸਨੇ ਵਿਦੇਸ਼ਾਂ ਵਿੱਚ ਵੀ ਗਾਇਆ। ਉਸਦੇ ਘਰ ਵਿੱਚ 2 ਪੁੱਤਰ ਅਤੇ 1 ਧੀ ਨੇ ਜਨਮ ਲਿਆ ਸੀ, ਪਰ ਸਾਲ 1984 ਦੇ ਵਿੱਚ ਜੱਗੇ ਦੀ ਘਰਵਾਲੀ ਦਾ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਉਹ ਪੱਕੇ ਤੌਰ 'ਤੇ ਅਮਰੀਕਾ ਜਾ ਕੇ ਵੱਸ ਗਿਆ, ਜਿੱਥੇ 2 ਨਵੰਬਰ 1998 ਨੂੰ ਇਸ ਜਿੰਦਾ ਦਿਲ ਇਨਸਾਨ ਦਾ ਦੇਹਾਂਤ ਹੋ ਗਿਆ ਸੀ। ਸੋ ਇਹ ਸੀ ਪੰਜਾਬੀ ਗਾਇਕ ਜਗਤ ਸਿੰਘ ਜੱਗੇ ਦੀ ਜੀਵਨੀ, ਜੋ ਡਾਕੇ ਮਾਰਦਾ ਮਾਰਦਾ ਕਲਾਕਾਰ ਬਣ ਗਿਆ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।